ਧਰਤੀ ਦੀ ਹਿੱਕ ਤੇ ਉੱਗੇ ਪੌਦੇ ਫੁੱਲ ਬਨਸਪਤੀ ਦਾ ਉਹ ਸਭ ਤੋਂ ਖੂਬਸੂਰਤ ਰੂਪ ਹਨ ਜਿਨ੍ਹਾਂ ਮਨੁੱਖ ਨੂੰ ਜਿਉਣ ਲਈ ਆਕਸੀਜਨ ਹੀ ਨਹੀਂ ਦਿੱਤੀ ਸਗੋਂ ਰੱਜ ਕੇ ਸੋਹਜ ਸੁਆਦ ਵੀ ਭਰਿਆ ਹੈ ਡੰਡੀ ਹਮੇਸ਼ਾ ਸੋਹਣੇ ਦੀ ਤਸ਼ਬੀਹ ਅਸੀਂ ਫੁੱਲਾਂ ਨਾਲ ਅਤੇ ਦਿਆਲੂ ਨੂੰ ਵੱਡੇ ਦਰਖਤਾਂ ਵਰਗਾ ਕਹਿੰਦੇ ਹਾਂ ਡੰਡੇ ਸਾਡੇ ਵਿਰਾਸਤੀ ਦਰਖਤ ਪਿੱਪਲ ਬੋਹੜ ਅਤੇ ਫੁੱਲਾਂ ਨਾਲ ਭਰੇ ਬਗੀਚੇ ਇਵੇਂ ਪੈਦਾ ਹੋਏ ਡੰਡੇ ਕੋਈ ਸਮਾਂ ਸੀ ਜਦ ਪਿੰਡਾਂ ਦੀਆਂ ਜੂਹਾਂ ਅਤੇ ਖੂਹਾਂ ਤੇ ਤਰਵੈਣੀਆਂ ਲਗਾਈਆਂ ਜਾਂਦੀਆਂ ਸਨ ਡੰਡੇ ਫੁੱਲਾਂ ਤੇ ਦਰਖਤਾਂ ਦਾ ਇੱਕੋ ਸੁਭਾਅ ਹੈ ਡੰਡੇ ਫੁੱਲ ਬਿਨਾ ਕਿਸੇ ਬਿਤ ਕਰੇ ਤੋਂ ਖੁਸ਼ਬੂ ਲਗਾਤਾਰ ਵੰਡਦੇ ਰਹਿੰਦੇ ਹਨ ਡੰਡੇ ਅਜਿਹਾ ਕਰਨ ਨਾਲ ਨਾ ਇਹਨਾਂ ਦੀ ਖੁਸ਼ਬੂ ਅਤੇ ਨਾ ਹੀ ਖੂਬਸੂਰਤੀ ਘਟਦੀ ਹੈ ਡੰਡੇ ਇਮੇ ਦਰਖਤ ਠੰਡੀ ਛਾਂ ਅਤੇ ਕਿੰਨਾ ਕੁਝ ਹੋਰ ਬਿਨਾ ਕਿਸੇ ਕੀਮਤ ਦੇ ਸਾਨੂੰ ਦੇ ਰਹੇ ਹਨ ਡੰਡੇ ਇਸੇ ਕਰਕੇ ਪਿੰਡਾਂ ਵਿੱਚ ਤਰਵੈਣੀਆਂ ਲਗਾਉਣ ਨੂੰ ਪੁੰਨ ਸਮਝਿਆ ਜਾਂਦਾ ਸੀ ਡੰਡੇ ਇਹੀ ਛਾਂ ਵਾਲੇ ਦਰਖਤ ਕੁੜੀਆਂ ਦੀਆਂ ਤਰਿੰਜਣਾ ਦਾ ਸਬਬ ਅਤੇ ਪਸ਼ੂ ਪੰਛੀਆਂ ਦੇ ਰਹਿਣ ਬਸੇਰੇ ਦਾ ਸਾਧਨ ਬਣਦੇ ਹਨ ਡੰਡੇ ਜੇਕਰ ਫੁੱਲ ਸਾਡਾ ਖੁਸ਼ੀ ਗਮੀ ਵਿੱਚ ਸਾਥ ਦਿੰਦੇ ਹਨ ਤੰਦਰੁਖਤ ਜਨਮ ਮਰਨ ਦਾ ਟਕਣ ਬਣਦੇ ਹਨ ਡੰਡੀ ਇੰਨੀ ਕੁਰਬਾਨੀ ਦੇ ਬਾਵਜੂਦ ਮਨੁੱਖ ਆਪਣੇ ਆਲੇ ਦੁਆਲੇ ਅਤੇ ਵਾਤਾਵਰਨ ਪ੍ਰਤੀ ਬੇਰਹਿਮ ਕਿਉਂ ਹੈ ਪ੍ਰਸ਼ਨ ਚਿੰਨ ਧਰਤੀ ਤੇ ਮਨੁੱਖ ਦੀ ਹੋਂਦ ਇਨ੍ਹਾਂ ਬਗੈਰ ਖਤਰੇ ਵਿੱਚ ਪੈ ਜਾਵੇਗੀ ਡੰਡੀ ਪੰਜ ਦਰਿਆਵਾਂ ਦੀ ਧਰਤੀ ਵਾਲਾ ਦੇਸ਼ ਪੰਜਾਬ ਖੁਦ ਰੁੰਡ ਮਰੁੰਡਿਆ ਹੋਇਆ ਨਜ਼ਰ ਆਉਂਦਾ ਹੈ ਡੰਡੀ ਪੈਰਾ ਬਦਲੀ ਇਸੇ ਦੌਰਾਨ ਨਵੇਂ ਬਣੇ ਸੂਬੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਕੇਂਦਰ ਨਾਲ ਤਾਲਮੇਲ ਬਿਠਾ ਕੇ ਨੰਗਲ ਤੋਂ ਦੌਲਤਪੁਰ ਤੱਕ ਰੇਲ ਟ੍ਰੈਕ ਦਾ ਨਿਰਮਾਣ ਕਰਕੇ ਹਿਮਾਚਲ ਵਾਸੀਆਂ ਲਈ ਰੇਲ ਸੇਵਾ ਵੀ ਸ਼ੁਰੂ ਕਰ ਦਿੱਤੀ ਪਰ ਇੱਧਰ ਪੰਜਾਬ ਵਿੱਚ ਕਈ ਸਰਕਾਰਾਂ ਆਈਆਂ ਤੇ ਗਈਆਂ ਡੰਡੀ ਕੰਢੀ ਵਾਸੀ ਊਠ ਦਾ ਬੁੱਲ ਡਿੱਗਣ ਦਾ ਇੰਤਜ਼ਾਰ ਕਰਦੇ ਰਹੇ ਡੰਡੀ ਅੱਧੀ ਸਦੀ ਬੀਤ ਗਈ ਡੰਡੀ ਹਰ ਵਰੇ ਰੇਲ ਬਜਟ ਪਾਸ ਹੁੰਦੇ ਰਹੇ ਡੰਡੀ ਹਰ ਵਾਰ ਲਾਰੇ ਲਾਏ ਜਾਂਦੇ ਰਹੇ ਪਰ ਕਿਸੇ ਵੀ ਚੁਣੇ ਹੋਏ ਲੋਕ ਨੁਮਾਇੰਦੇ ਨੇ ਇਸ ਰੇਲ ਯੋਜਨਾ ਨੂੰ ਕੰਡੀ ਦੇ ਵਿਕਾਸ ਲਈ ਜ਼ਰੂਰੀ ਨਾ ਸਮਝਿਆ ਡੰਡੀ ਕੰਡੀ ਦੇ ਵਿਕਾਸ ਲਈ ਵੱਡੇ ਵੱਡੇ ਦਾਅਵੇ ਤੇ ਵਾਦੇ ਕਰਨ ਵਾਲੇ ਸਾਡੇ ਸਿਆਸੀ ਆਗੂਆਂ ਦੀ ਕਥਨੀ ਤੇ ਕਰਨੀ ਵਿਚਲੇ ਧਰਤੀ ਆਕਾਸ਼ ਜਿੰਨੇ ਅੰਦਰ ਦਾ ਲੋਕਾਂ ਨੂੰ ਗਿਆਨ ਹੁੰਦਾ ਗਿਆ ਡੰਡੀ ਇੱਥੇ ਜ਼ਿਕਰਯੋਗ ਗੱਲ ਇਹ ਹੈ ਕਿ ਸਾਡੇ ਜਿਹੜੇ ਵੀ ਲੋਕ ਨੁਮਾਇੰਦੇ ਵਿਧਾਨ ਸਭਾ ਰਾਜ ਸਭਾ ਜਾਂ ਲੋਕ ਸਭਾ ਤੀਕ ਪੁੱਜੇ ਉਹਨਾਂ ਨੇ ਕਦੇ ਵੀ ਕੰਢੀ ਦੀ ਇਸ ਪੁਰਾਣੀ ਤੇ ਮਹੱਤਵਪੂਰਨ ਲੋੜ ਲਈ ਹਾ ਦਾ ਨਾਰਾ ਨਹੀਂ ਮਾਰਿਆ ਡੰਡੀ ਹਾਂ ਇੱਧਰ ਇਹਨਾਂ ਸਿਆਸਤਦਾਨਾਂ ਅਤੇ ਉਹਨਾਂ ਦੇ ਚਿਹਤਿਆਂ ਨੇ ਪੰਜਾਬ ਦੀ ਟਰਾਂਸਪੋਰਟ ਤੇ ਇੱਕ ਤਰ੍ਹਾਂ ਨਾਲ ਕਬਜ਼ਾ ਹੀ ਕਰ ਲਿਆ ਡੰਡੀ ਰੇਲ ਗੱਡੀ ਚੱਲਣ ਨਾਲ ਨਿਸ਼ਚਿਤ ਤੌਰ ਤੇ ਉਹਨਾਂ ਦੇ ਇਸ ਅਤੀ ਦੇ ਲਾਹੇਵੰਦ ਕਾਰੋਬਾਰ ਨੂੰ ਸੱਟ ਵੱਜਣੀ ਸੀ ਡੰਡੀ ਇਸ ਲਈ ਉਹਨਾਂ ਦਾ ਇਸ ਪਾਸੇ ਧਿਆਨ ਨਾ ਦੇਣਾ ਸਮਝ ਆਉਂਦਾ ਹੈ ਡੰਡੀ ਇੰਜ ਗਰੀਬਾਂ ਨਾਲ ਹਮਦਰਦੀ ਅਤੇ ਗਰੀਬੀ ਹਟਾਓ ਦਾ ਨਾਰਾ ਲਾਉਣ ਵਾਲੇ ਇਹਨਾਂ ਲੋਕ ਨੁਮਾਇੰਦਿਆਂ ਦੀ ਗਰੀਬਾਂ ਪ੍ਰਤੀ ਹਮਦਰਦੀ ਅਤੇ ਅਖੌਤੀ ਵਿਕਾਸ ਦੀ ਪੋਲ ਖੁੱਲਦੀ ਹੈ ਡੰਡੀ